थाना फलौर की पुलिस ने दो नजायज़ शराब तस्करों 300 बोतलों नजायज़ शराब समेत किया काबू। जितना सी कि इस संबंधी प्रेस में जानकारी देते हुए श्री सिमरजीत सिंह PPS उप पुलिस प्रधान सब डिवीजन फलौर जी ने दसिया कि उन्होंने वालों मुख थाना अफसर फलौर को दिशा निर्देश दे के महला संदोखपुरा फलौर विखे स्पैशल सर्च ऑपरेशन करने की हदायत दी गई थी, जिस दौरान इंस्पैक्टर हरजिंदर सिंह मुख थाना अफसर फलौर की टीम के सहायक सब इंस्पैक्टर हरभजन लाल थाना फलौर वालों मिति 22/8/2023 स्पैशल ऑपरेशन दौरान मनदीप उर्फ फरौली पुत्र हरभजन सिंह वासी महला संदोखपुरा फलौर और मुकेश कुमार उर्फ मनी पुत्र हरमेश लाल वासी महला रवदासपुरा नूमर रोड फलौर काबू करके इन्हों के कब्जे में 300 बोतल कुल 2,25,000 मिली लीटर नजायज़ शराब बरामद करके मुकदमा नंबर 223 मिति 22/8/2023 जुर्म 61 आवाकारी एक्ट थाना फलौर विखे दर्ज रजिस्टर किया गया। जो मुरली पुछगिछ तो यह गल सामने आई है कि ये दोवें काफ़ी समय तो नजायज़ शराब बेचण का धंधा करते आ रहे सन, जो दोनों शराब तस्करों का पुलिस रिमांड हासिल करके इन्हों तो होर भी पुछगिछ की जा रही है। ਤੁਸੀਂ ਇੱਕ ਰਾਤ ਨਸ਼ਾ ਤਸਕਰ ਫੜਿਆ ਹੈਗਾ ਜਿਹਨਾਂ ਨੂੰ ਭਾਰੀ ਮਾਤਰਾ ਵਿੱਚ ਦੇਸੀ ਨਜਾਇਜ਼ ਸ਼ਰਾਬ ਫੜੀ ਆ, ਅਤੇ ਸਰ ਹੋਰ ਕੀ ਨਾਲ ਬਰਾਮਦ ਕੀਤਾ, ਕਿੱਥੇ ਦੇ ਬੰਦੇ ਹੈਗੇ ਆ? ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਅਸੀਂ ਨਸ਼ਿਆਂ ਦੇ ਮੁਹਿੰਮ ਜਿਹੜੀ ਆ ਅਸੀਂ ਮਾੜੇ ਅਸਰਾਂ ਦੇ ਵਿਰੁੱਧ ਜਿਹੜੀ ਮੁਹਿੰਮ 'ਤੇ ਜਾਰੀ ਰੱਖੀ ਆ। ਜਲੰਧਰ ਦਿਹਾਤੀ ਪੁਲਿਸ ਵੱਲੋਂ ਜਿਹੜੇ ਵੱਖ ਵੱਖ ਜਿਹੜੇ ਭਰਤੀ ਕਾਫੀ ਰਿਕਵਰੀਆਂ ਕੀਤੀਆਂ, ਅਤੇ ਇਸ ਤਰ੍ਹਾਂ ਹੀ ਅਸੀਂ ਥਾਣਾ ਫਲੌਰ ਦੇ ਏਰੀਏ ਵਿੱਚ ਵੀ ਕਾਫੀ ਜਿਹੜੇ ਆ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਇਸ ਦੇ ਸੰਬੰਧ ਵਿੱਚ ਅਸੀਂ ਰਾਤ ਨੂੰ ਸਾਨੂੰ ਬਹੁਤ ਵੱਡੀ ਇੱਕ ਪ੍ਰਾਪਤੀ ਜਿਹੜੀ ਨਸ਼ੇ ਦੇ ਵਿਰੁੱਧ ਪ੍ਰਾਪਤ ਹੋਈ ਆ, ਜਿਹੜੇ ਕਿ ਇਹ ਕਾਫੀ ਤੌਰ 'ਤੇ ਜਿਹੜੇ ਨਜਾਇਜ਼ ਸ਼ਰਾਬ ਵੇਚ ਰਹੇ ਸੀਗੇ ਆਪਣੇ ਘਰ ਦੇ ਵਿੱਚ ਬੈਠ ਕੇ। ਆਲੇ ਦੁਆਲੇ ਕਾਫੀ ਇਹਨਾਂ ਦੀਆਂ ਕੰਪਲੇਂਟਾਂ ਆ ਰਹੀਆਂ ਸੀਗੀਆਂ। ਇਹਨਾਂ ਦੇ ਵਿੱਚ ਦੋਸ਼ੀ ਮੁੱਖ ਦੋਸ਼ੀ ਹੈਗਾ ਮਨਦੀਪ ਰੌਲੀ ਪੁੱਤਰ ਭਜਨ ਸਿੰਘ ਮੁਹੱਲਾ ਸੰਤੋਖਪੁਰ ਦਾ, ਦੂਸਰਾ ਹੈਗਾ ਆ ਮਨਦੀਪ ਸਿੰਘ ਪੁੱਤਰ ਹਰਭਜਨ ਸਿੰਘ, ਅਤੇ ਇੱਕ ਹੈਗਾ ਜੀ ਮੁਕੇਸ਼ ਉਰਫ ਮਨੀ ਜੀ ਹਰਮੇਸ਼ ਲਾਲ ਦਾ, ਜਿਹੜੇ ਕਿ ਆਪਣੇ ਘਰ ਦੇ ਏਰੀਏ ਵਿੱਚ ਘਰ ਵਿੱਚ ਸ਼ਰਾਬ ਰੱਖ ਕੇ ਜਿਹੜੀ ਗਾਹਕਾਂ ਨੂੰ ਸਪਲਾਈ ਕਰਦੇ ਸੀਗੇ, ਜੋ ਕਾਫੀ ਵੱਡੀ ਤਾਦਾਦ ਵਿੱਚ ਅਸੀਂ 300 ਬੋਤਲ ਇਹਨਾਂ ਕੋਲ ਜਿਹੜੀ ਨਜਾਇਜ਼ ਸ਼ਰਾਬ ਰਿਕਵਰ ਕੀਤੀ ਆ, ਜਿਹੜੀ ਕਿ ਟੋਟਲ 2,25,000 ਰੁਪਏ ਲੀਟਰ ਜਿਹੜੀ ਮਿਲੀ ਲੀਟਰ ਬਣਦੀ ਆ ਜੀ। ਅਤੇ ਇਹਦੇ ਵਿੱਚ ਹੋਰ ਵੀ ਕਾਫੀ ਜਿਹੜੇ ਸਾਨੂੰ ਅਹਿਮ ਜਿਹੜੇ ਸੁਰਾਗ ਮਿਲਣ ਦੀ ਆਸ ਆ, ਅਸੀਂ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਰਿਮਾਂਡ ਹਾਸਲ ਕਰਕੇ, ਅਤੇ ਹੋਰ ਵੀ ਜਿਹੜੇ ਇਹ ਕਿੱਥੋਂ ਸ਼ਰਾਬ ਲੈ ਕੇ ਆਉਂਦੇ ਆ ਅਤੇ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਜਿੱਥੋਂ ਤੁਸੀਂ ਇਹ ਕਾਬੂ ਕੀਤੇ ਹੈਗੇ ਸਾਰਾ ਸਮਾਨ ਬਰਾਮਦ ਕੀਤਾ, ਉਸ ਏਰੀਏ ਦੇ ਵਿੱਚ ਜਿਹੜੀ ਲੇਡੀਜ਼ ਵੀ ਬਹੁਤ ਧੜੇਲੇ ਨਾਲ ਕੰਮ ਕਰਦੀਆਂ ਹੈਗੀਆਂ, ਉਹਨਾਂ ਬਾਰੇ ਸਾਰਾ ਥੋੜ੍ਹਾ ਕੀ ਕਰਨਾ ਹੈਗਾ? ਹਾਂਜੀ, ਇਹ ਵੀ ਮੇਰੇ ਨੋਟਿਸ ਵਿੱਚ ਆਇਆ ਜਿਹੜੀ ਉੱਥੇ ਲੇਡੀਜ਼ ਆ ਜਿਹੜੀਆਂ ਉਹਨਾਂ ਦਾ ਨਾਮ ਵੀ ਅਸੀਂ ਬਿਲਕੁਲ ਇਸੇ ਪਰਚੇ ਵਿੱਚ ਹੀ ਸ਼ਾਮਿਲ ਕਰਾਂਗੇ, ਅਤੇ ਉਹਨਾਂ ਦਾ ਨਾਮ ਬਿਲਕੁਲ ਜਾਇਜ਼ ਹੈਗਾ ਆ, ਉਹ ਵੀ ਇਸ ਇਹਦੇ ਵਿੱਚ ਜਿਹੜੀ ਸ਼ਰਾਬ ਦੇ ਵਿੱਚ ਇਨਵੋਲਵ ਹੈਗੀਆਂ, ਉਹਨਾਂ ਦੇ ਰੱਖਣ ਵਿੱਚ ਜਾਂ ਖਰੀਦਣ ਵਿੱਚ ਹੈਗੀਆਂ, ਅਤੇ ਉਹਨਾਂ ਨੂੰ ਅਸੀਂ ਇਹਨਾਂ ਨੂੰ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਪੁੱਛਗਿੱਛ ਵਿੱਚ ਉਹਨਾਂ ਦੋਸ਼ੀਆਂ ਨੂੰ ਵੀ ਨਾਮਜ਼ਦ ਕਰਾਂਗੇ। ਠੀਕ ਆ ਸਰ, ਜਿਹੜੇ ਤੁਸੀਂ ਸਮਾਨ ਬਰਾਮਦ ਕੀਤਾ ਉਹ ਲੇਡੀਜ਼ ਦੇ ਘਰੋਂ ਕਿਤਨਾ ਬਰਾਮਦ ਹੋਇਆ? ਹਾਂਜੀ, ਕੁਛ ਇਹਨਾਂ ਦੇ ਲੇਡੀਜ਼ ਕੋਲ ਵੀ ਹੋਈਆਂ, ਕੁਛ ਇਹਨਾਂ ਦੇ ਘਰੋਂ ਵੀ ਹੋਈਆਂ। ਮੈਂ ਤਾਂ ਹੀ ਕਹਿ ਰਿਹਾ ਵੀ ਇਹਨਾਂ ਨੂੰ ਰਿਮਾਂਡ ਹਾਸਲ ਕਰਕੇ ਜਿਹੜੀ ਲੇਡੀਜ਼ ਜਿਹੜੀ ਸਾਹਮਣੇ ਸਾਡੇ ਆ ਰਹੀ ਆ ਨਾਂ ਵੀ ਆ ਰਿਹਾ ਉਹਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ। ਪਿਛੋਕੜ ਕੀ ਕਰਨ ਵਾਲਾ? ਪਿਛੋਕੜ ਇਹੀ ਹੈ ਜਿਹੜੇ ਸ਼ਰਾਬ ਲਿਆ ਕੇ ਵੇਚਦੇ ਆ, ਇਹ ਕਾਫੀ ਚਿਰ ਤੋਂ ਜਿਹੜੇ ਨਸ਼ਾ ਤਸਕਰੀ ਦੇ ਕੰਮ ਕਰਦੇ ਆ, ਇਹ ਨਜਾਇਜ਼ ਸ਼ਰਾਬ ਜਿਹੜੀ ਹੈ ਦੇਸੀ ਸ਼ਰਾਬ ਦੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।